स्टूडेंट्स, आज असं डिस्कस करेंगे पीएस टेट 2023 ਦੇ ਪੇਪਰ 1 ਦੇ ਮੈਥਸ ਦੇ ਕੁਐਸਚਨਸ ਕੰਟੀਨਿਊ ਕਰਾਂਗੇ 100 ਕੁਐਸਚਨ ਨੰਬਰ 4 ਤੋਂ ਕੁਐਸਚਨ 104 ਅ ਟॉय ਇਜ਼ ਇਨ ਦ ਫਾਰਮ ਆਫ ਅ ਕੋਨ ਆਫ ਰੇਡੀਅਸ 3.5 ਮਾਊਂਟਡ ਔਨ ਅ ਹੈਮੀਸਫੇਅਰ ਆਫ ਸੇਮ ਰੇਡੀਅਸ ਇਹਦਾ ਮਤਲਬ ਜਿਹੜਾ ਕੋਨ ਹੈ ਉਹਦਾ ਰੇਡੀਅਸ ਹੈ 3.5 ਔਰ ਉਹਨੂੰ ਮਾਊਂਟ ਕੀਤਾ ਗਿਆ ਹੈ ਹੈਮੀਸਫੇਅਰ ਦੇ ਉੱਪਰ ਉਹਨੂੰ ਰੱਖਿਆ ਗਿਆ ਹੈ ऑफ सेम रेडियस ते ए भी हो गया 3.5 टोटल हाइट ऑफ द टॉय इज 15.5 हुन टोटल हाइट टॉय दी दित्ती है 15.5 ते एंदा मतलब इथों असी कोन दी हाइट कढ सकदे हां टोटल है 15.5 ओदे विचों ए 3.5 माइनस करांगे ते आ जाएगी 12 सेंटीमीटर हुन असि फाइंड करना है फाइंड द टोटल सरफेस एरिया ऑफ द टॉय जिन दी ऑप्शंस दितियां है 214.5 सेंटीमीटर स्क्वायर 234.5 सेंटीमीटर स्क्वायर 186.5 सेंटीमीटर स्क्वायर एंड 96.5 सेंटीमीटर स्क्वायर ते हुन देखो सब तो पहले नु सॉल्व करने लई असि जे टॉय दा टोटल सरफेस एरिया लेना है ओ होएगा कोन दा कर्व्ड सरफेस एरिया ते हेमीस्फीयर दा भी कर्व्ड वाले पार्ट दा सरफेस एरिया ਤੇ ਕੋਨ ਦਾ ਕਰਵਡ ਸਰਫੇਸ ਏਰੀਆ ਕੈਲਕੂਲੇਟ ਕਰਦੇ ਆ ਅਸੀਂ ਪਾਈ ਆਰ ਐਲ ਤੋਂ ਬਟ ਸਾਨੂੰ ਹਾਈਟ ਦੀ ਵੈਲਿਊ ਪਤਾ ਹੈ ਰੇਡੀਅਸ ਪਤਾ ਹੈ ਤੇ ਇੱਥੋਂ ਪਹਿਲੇ ਅਸੀਂ ਐਲ ਕੈਲਕੂਲੇਟ ਕਰਾਂਗੇ ਜਿੰਦਾ ਫਾਰਮੂਲਾ ਪਾਈਥਾਗੋਰਸ ਲਗਾ ਕੇ ਅਸੀਂ ਟ੍ਰਾਇੰਗਲ 'ਚ ਨਿਕਾਲ ਸਕਦੇ ਆ ਰਾਈਟ ਐਚ ਸਕੁਆਇਰ ਪਲੱਸ ਆਰ ਸਕੁਆਇਰ ਐਚ ਦੀ ਵੈਲਿਊ ਆ ਗਈ ਸਾਡੀ 12 ਸਕੁਆਇਰ ਤੇ 3.5 ਦਾ ਸਕੁਆਇਰ 3.5 ਇਨਟੂ 3.5 ਕਰਾਂਗੇ ਤੇ ਉਹ ਸਾਡੇ ਕੋਲੋਂ ਆ ਜਾਂਦਾ ਹੈ 12.25 144 12 ਦਾ ਸਕੁਆਇਰ 12.25 ਇਹ ਪਲੱਸ ਕਰਕੇ ਆਇਆ 156.25 ਜਿੰਦਾ ਅਸੀਂ ਸਕੁਆਇਰ ਰੂਟ ਨਿਕਾਲਾਂਗੇ ਇਹਦਾ ਸਕੁਆਇਰ ਰੂਟ ਤੁਹਾਨੂੰ ਹੁਣ ਨਿਕਾਲਣਾ ਆਉਣਾ ਚਾਹੀਦਾ ਹੈ ਡੈਸੀਮਲ ਤੋਂ ਬਾਅਦ ਅਸੀਂ 2-2 ਨੰਬਰਸ ਦੀ ਪੇਅਰਿੰਗ ਕਰ ਲੈਣੀ ਹੈ ਤੇ ਹੁਣ ਸੇਮ ਨੰਬਰ ਨਾਲ ਮਲਟੀਪਲਾਈ ਕਰਨਾ ਹੈ ਤਾਂ ਕਿ ਇੱਥੇ ਵਾਲੇ ਡਿਜਿਟ ਦੀ ਵੈਲਿਊ ਆ ਸਕੇ 1 ਇਨਟੂ 1 1 ਇਹ ਆ ਗਿਆ 0 ਹੁਣ ਪੇਅਰਸ ਵਿੱਚ ਨੋਟ ਕਰਨਾ ਹੈ ਜਿਵੇਂ ਅਸੀਂ ਡਿਵੀਜ਼ਨ ਕਰਦੇ ਹਾਂ ਉਦਾਂ ਹੀ ਕੈਰੀ ਆਊਟ ਕਰਨੀ ਹੈ ਬਟ ਇੱਥੋਂ ਪੇਅਰ ਨੋਟ ਕਰਨਾ ਹੈ ਜਦੋਂ ਮੈਂ ਪੁਆਇੰਟਸ ਤੋਂ ਬਾਅਦ 2-2 ਨੰਬਰਸ ਦੇ ਪੇਅਰ ਬਣਾਏ ਤੇ ਹੁਣ ਇਹ ਪੂਰਾ ਨੰਬਰ ਪੇਅਰ ਦਾ ਨੋਟ ਕਰਨਾ ਹੈ ਹੁਣ ਇਹ ਜਿਹੜਾ ਨੰਬਰ ਹੈ ਇਹਨੂੰ 2 ਨਾਲ ਮਲਟੀਪਲਾਈ ਕਰਾਂਗੇ ਇਹ ਰੂਲ ਹੈ ਇਸ ਨੰਬਰ ਨੂੰ ਹਮੇਸ਼ਾ 2 ਨਾਲ ਮਲਟੀਪਲਾਈ ਕਰਨਾ ਹੈ ਤੇ ਇਹਦੇ ਪਿੱਛੇ ਅਸੀਂ ਸੇਮ ਦੋ ਨੰਬਰ ਐਸੇ ਲਗਾਣੇ ਹੈ ਜਿੰਦਾ ਪ੍ਰੋਡਕਟ 56 ਤੋਂ ਘੱਟ ਆਏ ਜਿਵੇਂ 22 ਇਨਟੂ 22 ਆਏਗਾ 44 ਤੇ ਜੇ ਮੈਂ 23 ਇਨਟੂ 3 ਕਰਾਂ 3 3 ਜ਼ਾ 9 3 2 ਜ਼ਾ 6 ਇਹ 69 ਦੀ ਵੈਲਿਊ 56 ਤੋਂ ਵੱਧ ਹੋ ਗਈ ਸੋ 22 ਇਨਟੂ 2 ਕਰਾਂਗੇ ਇਹ ਆ ਗਿਆ 44 ਹੁਣ ਫੇਰ ਰਿਮੈਂਡਰ 12 ਆਇਆ ਉੱਪਰੋਂ 25 ਨੋਟ ਕਰਨਾ ਹੈ ਪੇਅਰ ਵਿੱਚ ਤੇ ਇਹ ਬਣ ਗਿਆ 1225 ਹੁਣ 12 ਇਨਟੂ 2 ਹੋ ਗਿਆ 24 ਹੁਣ 24 ਨੂੰ ਕਿੰਨੇ ਨਾਲ ਮਲਟੀਪਲਾਈ ਕਰਾਂਗੇ 5 ਨਾਲ ਕਰਕੇ ਦੇਖ ਲੈਂਦੇ ਹਾਂ 5 5 ਜ਼ਾ 25 5 4 ਜ਼ਾ 20 21 22 5 2 ਜ਼ਾ 10 11 12 ਇਹ ਤੇ ਪੂਰਾ ਹੀ ਚਲਾ ਗਿਆ ਤੋ 245 ਮਲਟੀਪਲਾਈ ਬਾਈ 5 ਹੁਣ ਜਦੋਂ ਮੈਂ 25 ਨੋਟ ਕੀਤਾ ਉਸ ਤੋਂ ਪਹਿਲੇ ਪੁਆਇੰਟ ਸੀ ਤੇ ਇਸ ਲਈ ਇੱਥੇ ਪੁਆਇੰਟ ਆਏਗਾ ਤੇ 1225 ਆ ਗਿਆ ਦੈਟ ਮੀਨਸ 156 ਦਾ ਸਕੁਆਇਰ ਰੂਟ ਆ ਗਿਆ 12.5 ਹੁਣ ਇਹ ਸਾਡੇ ਕੋਲੋਂ ਆ ਗਈ L ਦੀ ਵੈਲਿਊ ਉਹ ਆਈ 12.5 ਹੁਣ ਇਸ ਐਲ ਦੀ ਵੈਲਿਊ ਨੂੰ ਯੂਜ਼ ਕਰਕੇ ਅਸੀਂ ਕਰਵਡ ਸਰਫੇਸ ਏਰੀਆ ਕੈਲਕੂਲੇਟ ਕਰ ਸਕਦੇ ਹਾਂ 22/7 ਰੇਡੀਅਸ ਹੋ ਗਿਆ 3.5 ਔਰ ਸਲਾਂਟ ਹਾਈਟ ਆਈ ਸੀ ਸਾਡੇ ਕੋਲੋਂ 12.5 ਤੇ ਜਦੋਂ ਤੁਸੀਂ ਇਹ ਕੈਲਕੂਲੇਸ਼ਨ ਸੋਲਵ ਕਰੋਗੇ ਇਹ ਵੈਲਿਊ ਆਏਗੀ ਤੁਹਾਡੇ ਕੋਲੋਂ 137.5 ਸੈਂਟੀਮੀਟਰ ਸਕੁਆਇਰ ਹੁਣ ਆਇਆ ਅੱਗੋ ਹੈਮੀਸਫੇਅਰ ਹੈਮੀਸਫੇਅਰ ਦਾ ਕਰਵਡ ਸਰਫੇਸ ਏਰੀਆ ਹੁੰਦਾ ਹੈ 2 ਪਾਈ ਆਰ ਸਕੁਆਇਰ ਤੇ ਇਹ ਆਏਗਾ 2 ਪਾਈ ਦੀ ਵੈਲਿਊ ਹੋ ਗਈ 22/7 ਰੇਡੀਅਸ ਹੋ ਗਿਆ 3.5 ਇਨਟੂ 3.5 ਕਿਉਂਕਿ ਆਰ ਦਾ ਸਕੁਆਇਰ ਹੈ ਔਰ ਐਮ ਦੀ ਵੈਲਿਊ ਆਈ 77.5 ਹੁਣ ਜਦੋਂ ਤੁਸੀਂ ਦੋਨਾਂ ਨੂੰ ਪਲੱਸ ਕਰੋਗੇ
137.5 प्लस 77.5 वो तो देगा 214.5 सेंटीमीटर स्क्वायर। दैट मींस एंड द आंसर आ गया ऑप्शन ए। ठीक है, हूँ नेक्स्ट देखो क्वेश्चन है 105। विच ऑफ द फॉलोइंग कैन नॉट बी डिटरमिन्ड ग्राफिकली। देखो मीन, मीडियन, मोड या नन ऑफ दीज। हूँ मीडियन की वैल्यू असि फाइंड कर सकते हैं। सब तो पहले जदों भी असि ग्राफ प्लॉट करते हैं जिहड़ी हाईएस्ट बार हुंदी है ओनू असि उपरों थले क्रॉस करते हैं, जिथे वो मीट करते हैं ओबला पॉइंट थले ड्रॉ करके साडे कोलों मीडियन की वैल्यू आ जाती है। ते मोड भी की होया जदों जिन्नियां सारियां वैल्यूज दित्तियां है असि ग्राफ प्लॉट करते हैं ते जिहड़ा बार सब तो हाईएस्ट हुंदा है उस बार तो साडे कोलों मोड निकल आंदा है। दैट मीनस जिहड़ा मीन है वो कोई वे नहीं है साडे कोलों ग्राफिकली प्लॉट करन दा। ते इहदा आंसर आएगा मीन। नेक्स्ट असी करांगे क्वेश्चन नंबर 106। विच ऑफ द फॉलोइंग इज नॉट अ रोमन न्यूमरल। फर्स्ट ऑप्शन है एक्सएल, एल एक्स, असी इन्हां दे मीनिंग्स डिस्कस करांगे, वी एक्स ते एक्स सी। हुण सब तो पहले तुसीं इह देखो एल दा मतलब की है 50। 50 दे लेफ्ट साइड असी 10 लिखिया है।